ਚਲੋ ਜੀ, ਆਪਦਾ ਭੈਣ ਨੇ ਖਾਣਾ ਬਣਾ ਲਿਆ ਵਾ ਅਤੇ ਰੋਟੀ ਅਸੀਂ ਬਣਵਾ ਰਹੇ ਹਾਂ ਤੰਦੂਰ ਤੋਂ, ਕਿਉਂ ਬਹੁਤ ਜ਼ਿਆਦਾ ਗਰਮੀ ਆ ਅਤੇ ਇੱਧਰ ਬਣਾ ਲਈ ਚਾਹੀਦੇ ਮਾਸ਼ਾਅੱਲਾ ਆਲੂ। ਆਲੂਆਂ ਦਾ ਸਾਲਨ ਤਿਆਰ ਹੋ ਗਿਆ, ਮਸਾਲਾ ਚਲੋ ਅੱਲਾ ਖੈਰ ਕਰੇ। ਨਹੀਂ ਕੁੱਟ ਲਾ ਨਾ ਮਾੜਾ ਜਿਹਾ। ਅੱਛਾ, ਹੱਥਾਂ ਨਾਲ ਮਸਲੇ ਕਹਿੰਦੇ ਥੋੜ੍ਹਾ ਜ਼ੀਰਾ ਪਾਉਣ ਲੱਗੀ ਹਾਂ, ਮਸਾਲੇ ਵੀ ਲਿਆਉਣ ਵਾਲੇ ਹੋਏ ਨੇ। ਸਾਰੀ ਗੱਲ ਮੈਂ 2 ਹਫ਼ਤੇ ਉੱਥੇ ਲਗਾ ਕੇ ਆਈ ਹਾਂ ਅਤੇ ਮਸਾਲੇ ਵਗੈਰਾ ਕੋਈ ਨਹੀਂ ਲੈ ਕੇ ਆਈ। ਹਾਂ, ਚਲੋ ਕੋਈ ਗੱਲ ਨਹੀਂ। ਪਤਾ ਕੀ ਗੱਲ ਆ, ਅਸੀਂ ਜਦੋਂ ਸਾਲਨ ਬਣਾਈ ਦਾ ਅਸੀਂ ਵੀ ਮਸਾਲੇ ਵਗੈਰਾ ਇਸਤੇਮਾਲ ਕਰਦੇ ਹਾਂ, ਜ਼ਿਆਦਾ ਤਾਂ ਨਹੀਂ ਕਰਦੇ ਲੇਕਿਨ ਹਲਕੇ ਫੁਲਕੇ ਕਰਦੇ ਹਾਂ ਮਸਾਲੇ ਇਸਤੇਮਾਲ ਨਾ। ਬਸ ਆਹ ਰਹਿ ਗਿਆ ਥੋੜ੍ਹਾ ਜਿਹਾ ਮਤਲਬ ਨਹੀਂ ਹੈ ਨਾ ਮਸਾਲੇ ਗਰਮ ਮਸਾਲਾ ਨਾ, ਅਤੇ ਲੱਕੜੀਆਂ ਜ਼ਿਆਦਾ ਨੇ, ਬਸ ਇਹੀ ਰਹਿ ਗਿਆ ਮਾੜਾ ਮੋਟਾ। ਚਲੋ ਖੈਰ ਕੋਈ ਨਹੀਂ। ਚਲੋ ਕੋਈ ਗੱਲ ਨਹੀਂ, ਖਿਆਲ ਲਿਆਵਾਂਗੇ ਅਤੇ ਇਨਸ਼ਾਅੱਲਾ ਜਿਵੇਂ ਹੁਣ ਇਤਵਾਰ ਬਾਜ਼ਾਰ ਲੱਗੇਗਾ ਅਤੇ ਜਾਂ ਬਾਜ਼ਾਰ ਦੇ ਵਿੱਚੋਂ ਫਿਰ ਜਾਵਾਂਗੇ, ਜਾ ਕੇ ਮਸਾਲੇ ਵਗੈਰਾ ਲੈ ਕੇ ਆਵਾਂਗੇ, ਲਿਆ ਕੇ ਸਾਰੇ ਮਸਾਲੇ ਵਗੈਰਾ ਮੈਂ ਪੀਸ ਕੇ ਅਤੇ ਫਿਰ ਡੱਬਿਆਂ 'ਚ ਐਡ ਕਰ ਦੂੰਗੀ, ਕਿਉਂਕਿ ਅੱਗੇ ਈਦ ਆਉਣ ਡਈ, ਸਾਰੀ ਗੱਲ ਮਸਾਲਿਆਂ ਦੀ ਜ਼ਰੂਰਤ ਹੁੰਦੀ ਹੈ। ਅਤੇ ਜਿਹੜੇ ਬਾਜ਼ਾਰ ਦੇ ਮਸਾਲੇ ਮੈਨੂੰ ਅੱਛੇ ਨਹੀਂ ਲੱਗਦੇ, ਮੈਂ ਕਹਿੰਦੀ ਹੁਣ ਘਰ ਦਾ ਮਸਾਲਾ ਜਿਹੜਾ ਉਹ ਸਭ ਤੋਂ ਜ਼ਿਆਦਾ ਬੈਸਟ ਆ। ਐਤਕੀ ਮੈਂ ਆਪਣੇ ਨਵੇਂ ਤਰੀਕੇ ਨਾਲ ਇੱਕ ਮਸਾਲੇ ਸਾਰੇ ਘਰ ਦੇ ਤਿਆਰ ਕਰਨੇ, ਜਿਵੇਂ ਕੋਰਮਾ ਮਸਾਲਾ ਹੁੰਦਾ, ਬਿਰਿਆਨੀ ਮਸਾਲਾ ਹੁੰਦਾ ਵਾ। ਇਨਸ਼ਾਅੱਲਾ ਮੈਂ ਕੋਸ਼ਿਸ਼ ਆ ਮੇਰੀ ਕਿ ਮੈਂ ਆਪਣੇ ਭੈਣ ਭਰਾਵਾਂ ਨਾਲ ਉਹ ਵੀ ਸ਼ੇਅਰ ਕਰੂੰਗੀ। ਨਮਕ ਵੀ ਸਹੀ ਰੱਖੀ ਵਿੱਚ, ਨਮਕ ਘੱਟ ਸਹੀ। ਹਾਂ, ਤੈਨੂੰ ਘੱਟ ਚੰਗਾ ਲੱਗਦਾ, ਸਾਨੂੰ ਚੰਗਾ ਲੱਗਦਾ। ਹਾਂਜੀ, ਆਪਦਾ ਭੈਣ ਦੇ ਘਰ ਪਹੁੰਚ ਚੁੱਕੇ ਹਾਂ ਅਤੇ ਖਾਣਾ ਜਿਹੜਾ ਪੱਕ ਰਿਹਾ ਆਪਾਂ ਆਪਣੇ ਘਰ ਬਣਾਉਣਾ ਸ਼ੇਅਰ ਕਰਦੇ। ਬਿਸਮਿਲ੍ਲਾਹ ਰਹਿਮਾਨ ਰਹਿਮ, ਅਸਲਾਮ ਅਲੈਕੁਮ। ਕੈਸੀ ਵੀ ਆਪਸ ਉਮੀਦ ਕਰਦੀ ਆਪਸ ਆਪ ਰੇਸ ਹੋਵੇ, ਅੱਲਾਹ ਤਾਲਾ ਆਪਕੋ ਖੁਸ਼ ਰੱਖੇ, ਸ਼ਾਦ ਬਾਅਦ ਰੱਖੇ, ਹਰ ਆਉਣ ਵਾਲੇ ਦੁੱਖ ਤਕਲੀਫ ਤੋਂ ਬਚਾ ਕੇ। ਇਸੇ ਪਹਿਲੇ ਹੀ ਦੁਬਾਰਾ ਮੈਂ ਇਹਦਾ ਬਲੌਗ ਸ਼ੁਰੂ ਕਰਦੇ ਹਾਂ। ਅੱਜ ਦੇ ਬਲੌਗ ਵਿੱਚ ਕੁਛ ਇਸ ਤਰ੍ਹਾਂ ਵਾ, ਲੱਗਦਾ ਵਾ ਕਿ ਤਬੱਸਮ ਵੀ ਆ ਗਿਆ ਵਾ ਅਤੇ ਉਹਨੂੰ ਵੀ ਦੇਖਦੇ ਹਾਂ ਅਤੇ ਦੇਖਦੇ ਹਾਂ ਜੋ ਖਾਣਾ ਪੱਕਿਆ ਉਹ ਵੀ ਸ਼ੇਅਰ ਕਰਦੇ ਹਾਂ। ਰਕਸ਼ਾ ਤਬਸਮ ਲੈ ਕੇ ਆ ਗਿਆ, ਤਬਸਮ ਉੱਧਰੋਂ ਆਪਣਾ ਕਰਨ ਡਿਆ ਵਾ, ਦਰਵਾਜ਼ਾ ਖੋਲਣ ਡਿਆ ਵਾ, ਦਰਵਾਜ਼ਾ ਖੋਲ੍ਹ ਕੇ ਅਤੇ ਫਿਰ ਵਿੱਚ ਤਬਸਮ ਲੈ ਕੇ ਆ ਗਿਆ ਆਪਣਾ ਰਕਸ਼ਾ ਮਾਸ਼ਾਅੱਲਾ। ਅਸੀਂ ਕੀ ਕਰਨ ਲੱਗੇ ਹਾਂ, ਅਸੀਂ ਮਸਾਲਾ ਸਾਡਾ ਤਿਆਰ ਹੋ ਗਿਆ, ਰੋਟੀ ਜਿੱਦਾਂ ਪਕਾਉਣ ਵਾਸਤੇ ਗਈ ਆ ਹੋਟਲ 'ਤੇ, ਤਾਂ ਗਰਮੀ ਬਹੁਤ ਜ਼ਿਆਦਾ ਵਾ ਅਤੇ ਆਪਦਾ ਕਹਿੰਦੀ ਬਾਜੀ ਮੈਂ ਰੋਟੀ ਘਰ ਨਹੀਂ ਸੀ ਕਹਿੰਦੀ, ਆਪਦਾ ਦੇ ਨਾ ਦਾਣੇ ਨਿਕਲ ਆਏ ਨੇ ਅਤੇ ਜਿਸਮ 'ਤੇ ਹਾਂ ਜਿਵੇਂ ਸਾੜ ਪੈਂਦਾ ਬਾਜੀ ਰੋਟੀ ਆਪਾਂ ਹੋਟਲ ਤੋਂ ਨਾ ਲਗਵਾ ਲਈਏ, ਮੈਂ ਕਿਹਾ ਹੋਟਲ ਤੋਂ ਲਗਵਾ ਲਾ। ਅਤੇ ਹੁਣ ਆਪਦਾ ਭੈਣ ਬਣਾ ਰਹੀ ਆ ਜੀ ਲੱਸੀ, ਅਤੇ ਮੰਗਵਾਇਆ ਸੀਗਾ ਅਤੇ ਬੱਚਾ ਕਹਿੰਦਾ ਸੀ ਨਾਲ ਲੱਸੀ ਹੋ ਜਾਵੇ ਨਾ, ਕਿ ਗਰਮੀ ਬਹੁਤ ਜ਼ਿਆਦਾ ਵਾ। ਇਹ ਦਹੀਂ ਸੁਬਹ ਲਿਆਂਦਾ ਸੀ ਅਸੀਂ ਨਾਸ਼ਤੇ ਵਿੱਚ ਇਸਤੇਮਾਲ ਕਰਨਾ, ਇਹ ਦਹੀਂ ਨਾਸ਼ਤੇ ਵਿੱਚ ਇਸਤੇਮਾਲ ਨਹੀਂ ਕੀਤਾ ਹੈਗਾ, ਅਤੇ ਅਸੀਂ ਇਹਦਾ ਰੱਖ ਲਿਆ ਸਿੱਖਣਾ ਸੀਗਾ ਕਿ ਸ਼ਾਮ ਨੂੰ ਲੱਸੀ ਬਣਾਵਾਂਗੇ, ਬੱਚੇ ਕਹਿੰਦੇ ਲੱਸੀ ਨਾਲ ਨਾ, ਇਸ ਕਰਕੇ ਬੱਚੇ ਬਣਾਉਣ ਤੋਂ ਪਹਿਲਾਂ ਲੱਸੀ ਬਣਾਉਣ ਲੱਗੇ। ਅਤੇ ਡੱਬੀ ਦੇ ਵਿੱਚ ਬਣਾ ਰਹੇ ਹਾਂ, ਡੱਬੀ ਦਾ ਸਾਡਾ ਆਪਣਾ ਨਹੀਂ ਗਾ, ਸਾਡੀ ਭੈਣ ਬਣੀ ਆ ਉਹਦਾ ਵਾ, ਉਹ ਜੌਂ ਦਾ ਪਾਣੀ ਬੋਇਲ ਕਰਦੇ ਹੁੰਦੇ ਨੇ, ਪਤੀਲਾ ਉਹਦਾ ਵਾ, ਲੇਕਿਨ ਆਪਦਾ ਪਤੀਲਾ ਵਾਲੇ ਕੰਮ ਆ ਗਿਆ। ਆਪਦਾ ਕਹਿੰਦੀ ਬਾਜੀ ਇਤਨਾ ਪਤੀਲਾ ਵੀ ਲੈ ਕੇ ਦੇਣਾ, ਮੈਂ ਕਿਹਾ ਚਲੋ ਠੀਕ ਹੋਇਆ, ਖੁੱਲ੍ਹਾ ਖੁੱਲ੍ਹਾ ਪਤੀਲਾ ਨਾ, ਉਹਦੇ ਵਿੱਚ ਬੰਦਾ ਜੋ ਮਰਜ਼ੀ ਲੱਸੀ ਬਣਾਵੇ, ਜੋ ਚੀਜ਼ ਮਰਜ਼ੀ ਬਣਾਵੇ, ਲੱਸੀ ਲੁੱਸੀ ਜਿੱਦਾਂ ਆ ਜਾਂਦਾ ਵਾ।
ਦਾ ਪਾਣੀ ਉਹ ਕਹਿੰਦੀ ਇਹਦੇ 'ਚ ਹੀ ਸਹੀ ਰਹਿੰਦਾ ਪਤਲੀ ਮਹੀਨਾ ਡੇਢ ਆ ਕੱਚੀ ਲੱਸੀ ਤੇ ਲੱਸੀ ਪੀਣੀ ਚਾਹੀਦੀ ਆ ਬਹੁਤ ਜ਼ਿਆਦਾ ਅਸੀਂ ਅੱਜ ਬਹੁਤ ਜ਼ਰੂਰੀ ਕੰਮ ਗਏ ਸੀਗੇ ਅਤੇ ਸਾਰਾ ਦਿਨ ਅਸੀਂ ਬਾਹਰ ਰਹੇ ਹਾਂ ਅਤੇ ਉੱਥੋਂ ਆਏ ਹਾਂ ਅਤੇ ਮੇਰੀ ਤਾਂ ਬੁਖਾਰ ਹੋ ਗਿਆ ਮੇਰੀ ਤਬੀਅਤ ਇੰਨੀ ਜ਼ਿਆਦਾ ਖਰਾਬ ਹੋ ਜਾਂਦੀ ਗਰਮੀ ਸੀ ਬਹੁਤ ਜ਼ਿਆਦਾ ਥੋੜ੍ਹਾ ਜਿਹਾ ਮੈਂ ਕਹਿੰਦੀ ਪਾਣੀ ਹੋਰ ਪਾ ਲਓ ਬੱਚੇ ਹਾਂ ਬਰਫ਼ ਲੈ ਕੇ ਬੇਟੇ ਬਰਫ਼ ਸਿੱਟੋ ਇਹਦੇ 'ਚ ਕੋਈ ਬੱਚੇ ਆ ਛੋਟੇ ਛੋਟੇ ਆ ਪਤੀਲਾ ਭਰ ਕੇ ਵਿੱਚ ਰੱਖ ਦਿਓ ਆਪਦੇ ਨੂੰ ਬਰਤਨ ਵੀ ਲਿਆ ਕੇ ਦੇਣੇ ਆ ਦੂਸਰੇ ਵਾਲੇ ਫ੍ਰੀਜ਼ਰ ਵਾਸਤੇ ਬਰਤਨ ਵੀ ਲਿਆ ਕੇ ਦੇਣੇ ਜਿਹੜੇ ਫ੍ਰੀਜ਼ਰ 'ਚ ਬਰਤਨ ਰੱਖੇ ਜਾਣ ਕੀ ਹੋਇਆ ਬੇਟੇ ਚਲੋ ਠੀਕ ਹੈ ਚਲੋ ਵੀ ਅੱਲਾ ਦਾ ਸ਼ੁਕਰ ਹੈ ਪਤੇ ਪਤੇ ਸਾਰਾ ਪਾਦੇ ਸਿੱਟੀ ਬਰਫ਼ ਵਿੱਚ ਜਿੰਨਾ ਉਹਦੇ ਨਾਲ ਕਰਦੇ ਦੱਸਾਂ ਵੀ ਸਾਰਾ ਦਿਨ ਕੰਮ ਕਰਕੇ ਥੱਕ ਪਿਆ ਹਾਂਜੀ ਨਮਕ ਮੇਰੀ ਲੱਸੀ ਚ ਨਾ ਪਾਇਓ ਮੇਰੇ ਬੀਪੀ ਜੀ ਹਾਈ ਹੁੰਦਾ ਤੇ ਆਪਣੀ ਤੁਸੀਂ ਪਾਣਾ ਦੇ ਪਿਛਕ ਪਾ ਲਓ ਅੱਛਾ ਜੀ ਅਯਾਨ ਅੱਗੇ ਨੂੰ ਹੋ ਕੇ ਦੇਖ ਰਿਹਾ ਵਾ ਆਪਣੀ ਮਾਂ ਵੱਲ ਕੇ ਕਿੱਦਾਂ ਲੱਸੀ ਪਾਉਂਦੀ ਕੁੜੀਆਂ ਲੈਣ ਚਲਾ ਕੇ ਖੜੀਆਂ ਵਾ ਲੱਸੀ ਦੀ ਇੰਤਜ਼ਾਰ ਵਾਲੇਕੁਮ ਸਲਾਮ ਹੁਣ ਇਹਨਾਂ ਨੇ ਕੋਸ਼ਿਸ਼ ਕਰਿਆ ਕਰਨੀ ਆ ਕਿ ਨਿਧਾ ਨੂੰ ਲੀਜ਼ਾ ਨੂੰ ਰੀਧਾ ਨੂੰ ਵੱਡੀਆਂ ਹੋ ਗਏ ਕਹਿੰਦੇ ਮੰਮਾ ਸਾਨੂੰ ਵੀਡੀਓ 'ਚ ਨਾ ਲਿਆਇਆ ਕਰ ਮੈਂ ਕਿਹਾ ਚਲੋ ਠੀਕ ਹੋ ਗਿਆ ਠੀਕ ਹੈ ਨਾ ਅਤੇ ਵੀਡੀਓ ਵਿੱਚ ਨਹੀਂ ਲਿਆਇਆ ਕਰਨਾ ਕਿ ਲੀਜ਼ਾ ਨੂੰ ਅਤੇ ਰੀਧਾ ਨੂੰ ਇਸੇ ਪਾਸ ਕੋਸ਼ਿਸ਼ ਕਰਿਆ ਕਰਾਂਗੇ ਕਦੀ ਕਦੀ ਤਾਂ ਵੀਡੀਓ ਵਿੱਚ ਪਾ ਲਿਆ ਅਤੇ ਨਹੀਂ ਪਾਇਆ ਕਰਾਂਗੇ ਕੋਸ਼ਿਸ਼ ਕਰਿਆ ਕਰਾਂਗੇ ਬਸ ਆਪਣਾ ਆਪਣਾ ਵਲੋਗ ਬਣਾਇਆ ਕਰਾਂਗੇ ਛੋਟੇ ਬੱਚਿਆਂ ਦਾ ਬਸ ਅਯਾਨ ਇਹ ਦਹੀਂ ਵਾਲੀ ਲੱਸੀ ਤਾਂ ਪੀ ਲੈਂਦਾ ਕੱਚੀ ਲੱਸੀ ਬਿਲਕੁਲ ਨਹੀਂ ਪੀਂਦਾ ਇਹਨੂੰ ਪਤਾ ਚੱਲ ਜਾਂਦਾ ਕਿ ਦੁੱਧ ਵਾ ਨਿੱਕਾ ਹੁੰਦਾ ਤਾਂ ਮਾਸ਼ਾਅੱਲਾ ਇੰਨੇ ਸ਼ੌਂਕ ਨਾਲ ਦੁੱਧ ਪੀਂਦਾ ਹੁੰਦਾ ਸੀ ਕੱਚਾ ਵੀ ਰੀਧਾ ਨੇ ਕਰਨਾ ਬੱਕਰੀ ਦੀਆਂ ਲੱਤਾਂ ਫੜਨੀਆਂ ਬਿਜਲੀਆਂ ਆਪਣੀਆਂ ਲੱਤਾਂ 'ਚ ਦੇਣੀਆਂ ਆਰਾਮ ਦੇ ਨਾਲ ਚੋਕ ਪੀ ਕੇ ਇਹਨੂੰ ਦੇ ਦੇਣਾ ਪਤਾ ਨਹੀਂ ਕਿਸੇ ਦੀ ਨਜ਼ਰ ਲੱਗ ਗਈ ਮੇਰੇ ਪੁੱਤ ਨੂੰ ਸ਼ਹਿਜ਼ਾਦੇ ਨੂੰ ਹੁਣ ਨਾ ਤਾਂ ਦੁੱਧ ਪੀਂਦਾ ਵਾ ਨਾ ਦੁੱਧ ਵਾਲੀ ਲੱਸੀ ਪੀਂਦਾ ਚਲੋ ਖੈਰ ਕੋਈ ਗੱਲ ਨਹੀਂ ਚਲੇ ਪੀ ਲੂਗਾ ਤਾਂ ਦੇਖ ਚਲਾ ਖਾਣਾ ਖਾਣ ਲੱਗੇ ਹਾਂ ਜਿਹੜੇ ਮੇਰੇ ਭੈਣ ਭੈਣ ਖਾਣਾ ਖਾਣਾ ਵੈਲਕਮ ਆ ਮਿਲ ਕੇ ਖਾਂਦੇ ਹਾਂ ਅਤੇ ਮੈਂ ਵੀ ਦੱਸਾਂ ਵੀ ਅਤੇ ਉੱਥੇ ਜਿਹੜੀ ਤਰੀ ਆ ਮੈਂ ਕੰਮ ਪਵਾਈ ਆ ਕਿ ਮੈਨੂੰ ਤਰੀ ਨਹੀਂ ਖਾਂਦੀ ਮੈਂ ਵੈਸੇ ਵੀ ਅਸੀਂ ਸਾਲਨ ਵਿੱਚ ਜਿਹੜਾ ਆਇਲ ਆ ਅਸੀਂ ਬਹੁਤ ਕੰਮ ਪਾਈਦਾ ਵਾ ਅਤੇ ਰੋਟੀ ਇੱਧਰ ਗਰਮੋ ਗਰਮ ਬਣ ਕੇ ਆ ਗਈ ਤੰਦੂਰ ਦੀ ਰੋਟੀ ਅਤੇ ਖਾ ਰਹੇ ਹਾਂ ਜਿਹੜੇ ਮੇਰੇ ਭੈਣ ਭੈਣ ਨੇ ਖਾਣੇ ਆ ਵੈਲਕਮ ਆ ਮਿਲ ਕੇ ਖਾਂਦੇ ਹਾਂ ਦੇਖੋ ਜੀ ਮਾਸ਼ਾਅੱਲਾ ਆਪਦਾ ਭੈਣ ਬਹਿ ਕੇ ਵਰਤਾ ਰਹੀ ਆ ਲੱਸੀ ਵੀ ਅਤੇ ਸਾਲਨ ਵੀ ਰੋਟੀ ਮੈਂ ਇਹਨਾਂ ਨੇ ਵੀ ਦੇਤੀ ਮਾਵਾਂ ਧੀਆਂ ਮੈਂ ਕਿਹਾ ਤੁਸੀਂ ਖਾ ਵਗੈਰਾ ਦਿੱਤੀ ਅੱਛਾ ਜੀ ਮਾਸ਼ਾਅੱਲਾ ਜ਼ਿਆਦੇ ਪਾਪਾ ਖਾਣਾ ਖਾਣ ਆ ਗਏ ਨੇ ਕਿਉਂਕਿ ਅਸੀਂ ਡੱਬੇ ਸਾਲਨ ਪਾ ਕੇ ਰੋਟੀ ਪੋਣੇ 'ਚ ਲਪੇਟ ਕੇ ਲੱਸੀ ਬਾਲਟੀ 'ਚ ਪਾ ਕੇ ਨਾਲ ਭੇਜ ਰਹੇ ਸੀਗੇ ਅਤੇ ਉੱਧਰ ਫਿਰ ਖੁਦ ਹੀ ਆ ਗਏ ਨਾ ਅਤੇ ਕਹਿੰਦੇ ਚਲੋ ਉੱਥੇ ਜਾ ਖਾ ਲੈਂਦੇ ਅਸੀਂ ਲੱਗੇ ਕੋਲੀ 'ਚ ਪਾ ਕੇ ਦੇਣ ਲੱਗੇ ਕਟੋਰੀ ਸਾਲਣ ਪਾ ਕੇ ਦੇਣ ਲੱਗੇ ਸੀ ਕਹਿੰਦੇ ਬਸ ਇੱਦਾਂ ਜਦੋਂ ਡੱਬੇ ਵਿੱਚ ਮੈਂ ਇੱਦਾਂ ਹੀ ਖਾ ਲੈਣੀ ਆ ਬਾਰ ਬਾਰ ਭਾਂਡੇ ਨਾ ਖਰਾਬ ਕਰੂ ਮੈਂ ਜੀ ਜੀ ਇੱਦਾਂ ਖਾਣਾ ਖਾਣਗੇ ਖਾਣਾ ਖਾ ਕੇ ਜਾ ਕੇ ਸਿੱਧੇ ਇਸ਼ਾ ਦੀ ਨਮਾਜ਼ ਪੜ੍ਹਨਗੇ ਆਪਦਾ ਮੇਰੇ ਜੂਸਰ ਮਸ਼ੀਨ ਇੱਧਰ ਲੈ ਕੇ ਆਈ ਵੀਰੇ ਅੱਛਾ ਸਹੀ ਸਹੀ ਅੱਲਾ ਪਾਕ ਭਾਈ ਮੇਰੇ ਭਰਾਵਾਂ ਨੂੰ ਤੰਦਰੁਸਤੀ ਦੇਵੇ ਸਿਹਤ ਦੇਵੇ
ਅਤੇ ਅੱਲਾਹ ਤਾਲਾ ਹਰ ਨੂੰ ਖੁਸ਼ ਰੱਖੇ, ਤੰਦਰੁਸਤ ਸਿਹਤ ਤਾਂ ਫਰਮਾਵੇ। ਇਹ ਦੇਖੋ ਜੀ ਆਪਦਾ ਭੈਣ ਨੇ ਬੋਤਲਾਂ ਜਿਹੜੀਆਂ ਲੈ ਕੇ ਰੱਖੀਆਂ ਹੋਈਆਂ ਨੇ, ਠੀਕ ਹੈ ਨਾ, ਅਸੀਂ ਐਡਵਾਂਸ ਬੋਤਲਾਂ ਲੈ ਲਈਆਂ ਵਾ, ਜੇ ਦੇਖਿਆ ਥੋੜ੍ਹੀ ਜਿਹੀ ਮੁੱਕਰ 'ਤੇ ਆਈਆਂ ਹੋਰ ਲੈ ਲਈਆਂ ਵਾ, ਅਤੇ ਸ਼ੁਕਰ ਅੱਲਾਹ ਸੋਹਣੇ ਦਾ, ਅੱਲਾਹ ਦਾ ਬੜਾ ਅਹਿਸਾਨ ਆ। ਅਤੇ ਇੱਕ ਆਪਦਾ ਭੈਣ ਵਾਸਤੇ ਸਰਪ੍ਰਾਈਜ਼ ਆਇਆ ਵਾ ਗਿਫਟ, ਉਹ ਅਸੀਂ ਆਪਣੇ ਭੈਣ ਭਰਾਵਾਂ ਨੂੰ ਸ਼ੇਅਰ ਕਰਦੇ ਹਾਂ। ਬਹੁਤ ਪਿਆਰਾ ਗਿਫਟ ਆ, ਅਤੇ ਆਪਦਾ ਸਾਡੀ ਇੰਨੀ ਕੁ ਖੁਸ਼ ਹੈ ਨਾ ਕਿ ਬੰਦੇ ਦੀ ਸੋਚ ਹੋਏਗੀ। ਅਤੇ ਗਿਫਟ ਜਿਹੜਾ ਆਇਆ ਵਾ ਇਹ ਕਿੱਦਾਂ ਆਇਆ ਗਿਫਟ, ਚੁੱਪ ਚੁਪੀਤੇ ਵਾਲਾ ਗਿਫਟ ਕੀ ਕਹਿੰਦੇ ਹੁੰਦੇ ਨੇ ਜ਼ਿਆਦਾ ਬਾਬਾ, ਕਿੱਦਾਂ ਕਹਿੰਦੇ ਨੇ, ਹੈਂ, ਹਾਂ, ਗੁਫੀਆ ਸਰਪ੍ਰਾਈਜ਼ ਆਇਆ ਜੀ ਆਪਦਾ ਵਾਸਤੇ, ਅਤੇ ਉਹ ਵੀ ਅਸੀਂ ਆਪਣੇ ਭੈਣ ਭਈਆਂ ਨਾਲ ਸ਼ੇਅਰ ਕਰਦੇ ਹਾਂ। ਅਤੇ ਮੇਰੇ ਭੈਣ ਭਈਆਂ ਸਾਡੀ ਅੱਲਾਹ ਤਾਲਾ ਨੇ ਦਿੱਤਾ ਜੀ, ਵਾਕਈ ਉਸੇ ਤਰ੍ਹਾਂ ਹੀ ਹੋਇਆ। ਅਸੀਂ ਆਪਦਾ ਨੂੰ ਆ ਕੇ ਜੇ ਸੁੱਤੀ ਨੂੰ ਉਠਾਇਆ ਨਾ, ਆਪਦਾ ਅਕਲ ਹੈਰਾਨ ਹੋ ਗਈ ਨਾ ਕਿ ਇਹ ਕੀ ਹੋ ਗਿਆ। ਹਾਂਜੀ, ਹਾਂਜੀ, ਇਹ ਦੇਖੋ ਜੀ ਆਪਦਾ ਦਾ ਫਰੀਜ਼ਰ ਵੀ ਆ, ਇਹ ਵੀ ਆਪਦਾ ਦਾ ਸਰਪ੍ਰਾਈਜ਼ ਆ, ਠੀਕ ਹੈ ਨਾ। ਇਹ ਆਪਦਾ ਦਾ ਜਿਹੜਾ ਘਰ ਵਾ ਇਹ ਵੀ ਆਪਦਾ ਦਾ ਸਰਪ੍ਰਾਈਜ਼ ਆ। ਇਹ ਅੱਲਾਹ ਤਾਲਾ ਨੇ ਆਪਣੀ ਗੈਬ ਦੇ ਇਲਮ ਵਿੱਚੋਂ ਹਰ ਚੀਜ਼ ਦੀ ਅੱਲਾਹ ਤਾਲਾ ਨੇ ਕਰਮ ਨਵਾਜ਼ੀ ਕੀਤੀ ਆ। ਅੱਲਾਹ ਨੇ ਕਿਹਾ ਬੰਦਿਆ ਤੂੰ ਮਹਿਸੂਸ ਨਾ ਹੋ, ਮੈਂ ਤੇਰੇ ਨਾਲ ਹਾਂ, ਠੀਕ ਹੈ ਨਾ। ਇਹ ਸਾਰਾ ਕੁਛ ਮੇਰੀ ਭੈਣ ਨੂੰ ਅੱਲਾਹ ਤਾਲਾ ਨੇ ਦਿੱਤਾ ਵਾ, ਠੀਕ ਹੈ ਨਾ। ਅਤੇ ਅੱਲਾਹ ਦਾ ਲੱਖ ਦੇ ਕਰੋੜ ਵਾਰ ਸ਼ੁਕਰ ਆ। ਅੱਲਾਹ ਤਾਲਾ ਇਸੇ ਤਰ੍ਹਾਂ ਹੀ ਇਨਸਾਨ 'ਤੇ ਕਰਮ ਨਵਾਜ਼ੀ ਕਰੇ। ਅਤੇ ਕਿੱਦਾਂ ਕਹਿੰਦੇ ਹੁੰਦੇ ਆ ਜੈਨ ਦੇ ਬਾਬਾ, ਜਦੋਂ ਅੱਲਾਹ ਤਾਲਾ ਇਨਸਾਨ ਨੂੰ ਦਿੰਦਾ ਵਾ ਤਾਂ ਇਨਸਾਨ ਵੀ ਦਿੰਦਾ ਨਹੀਂ ਥੱਕਦਾ, ਐਵੇਂ ਨਹੀਂ? ਹਾਂਜੀ, ਠੀਕ ਹੈ ਨਾ। ਅਤੇ ਸਰਪ੍ਰਾਈਜ਼ ਦੇਖੋ ਨਾ ਜੀ ਆਪਦਾ ਆਪਦਾ ਭੈਣ ਦਾ, ਠੀਕ ਹੈ ਨਾ। ਸ਼ੁਕਰ ਅੱਲਾਹ ਦਾ, ਆਮੀਨ ਆਮੀਨ। ਅੱਛਾ ਜੀ, ਜਿਹੜਾ ਸਰਪ੍ਰਾਈਜ਼ ਆ ਉਹ ਇੱਕ ਸੀਕਰੇਟ ਅਸੀਂ ਰੱਖਣਾ ਚਾਹ ਰਹੇ ਹਾਂ, ਉਹ ਅਸੀਂ ਫਿਰ ਦਿਖਾਵਾਂਗੇ। ਇਹ ਵਾਲਾ ਜਿਹੜਾ ਸਰਪ੍ਰਾਈਜ਼ ਆ ਆਪਦਾ ਭੈਣ ਕਹਿੰਦੀ ਆ, ਇਹ ਮੈਂ ਜਿਹੜਾ ਸੀਗਾ ਸਰਪ੍ਰਾਈਜ਼ ਆ ਜੇ ਆਪਣੇ ਭੈਣ ਭਰਾਵਾਂ ਨਾਲ ਸ਼ੇਅਰ ਕਰਦੀ ਹਾਂ, ਅਤੇ ਸ਼ਾਇਦ ਮੇਰੀ ਵੀਡੀਓ 'ਚ ਅੱਗੇ ਮੇਰੇ ਭੈਣ ਭਈਆਂ ਨੇ ਦੇਖਿਆ ਹੋਵੇ। ਜਿਹੜਾ ਰਾਤ ਸਰਪ੍ਰਾਈਜ਼ ਲੈ ਕੇ ਆਏ ਹਾਂ ਉਹ ਅਸੀਂ ਕੱਲ੍ਹ ਇਨਸ਼ਾਅੱਲਾ ਬਹਿ ਕੇ ਵੀਡੀਓ ਬਣਾਵਾਂਗੇ, ਅਤੇ ਉਹਦੇ ਵਿੱਚ ਮੇਰੀ ਭੈਣ ਆਪਣੀ ਯਾਦਦਾਸ਼ਤ ਕਹਾਣੀ ਵੀ ਸੁਣਾਏਗੀ, ਠੀਕ ਹੈ ਨਾ, ਅਤੇ ਆਪਣਾ ਗੁਜ਼ਰਿਆ ਪਲ ਵੀ ਥੋੜ੍ਹਾ ਬਹੁਤ ਸ਼ੇਅਰ ਕਰੇਗੀ, ਅਤੇ ਇਹ ਵੀ ਦਿਖਾਏਗੀ। ਇਹ ਦੇਖੋ ਜੀ ਮਾਸ਼ਾਅੱਲਾ ਅੱਲਾ ਨੇ ਕਿੰਨਾ ਕਰਮ ਕੀਤਾ। ਇਹ ਦੇਖੋ ਬੋਤਲਾਂ ਤਾਂ ਰੱਖੀਆਂ ਨਹੀਂ ਹੋਰ, ਤੁਸੀਂ ਬੋਤਲਾਂ ਹੋਰ ਰੱਖ ਦਿਓ ਨਾ, ਇੱਥੋਂ ਆ ਵੇਖ ਗਈਆਂ ਬੋਤਲਾਂ, ਮੈਂ ਹੁਣ ਵੀ ਲੈ ਕੇ ਗਏ ਨਾ ਬੋਤਲਾਂ, ਅਤੇ ਮਾਸ਼ਾਅੱਲਾ ਇਹ ਅੱਗੇ ਵੀ ਪਈਆਂ ਹੋਈਆਂ। ਇਹ ਦੇਖੋ ਹਾਂਜੀ, ਸਾਰੇ ਮੈਂ ਰੱਖੀਆਂ, ਮੈਂ ਜੋੜ ਕੇ ਰੱਖ ਦਿੰਦੀ, ਜ਼ਿਆਦਾ ਨਹੀਂ ਨਾ ਰੱਖਦੀ। ਹਾਂਜੀ, ਮੈਨੂੰ ਕਹਿੰਦੇ ਨੇ ਇਹ ਸੀ ਕਿ ਮੈਂ ਕਿਹਾ ਮੈਂ ਬਹੁਤ ਸਾਰੀਆਂ ਰੱਖ ਦਿੱਤੀਆਂ, ਫਿਰ ਭਾਜੀ ਨੂੰ ਪੁੱਛਿਆ ਭਾਜੀ ਵਾਹਵਾ ਰੱਖਣ ਦੇ ਕਿਤੇ ਥੱਲੇ ਤਲਾ ਤਾਂ ਨਹੀਂ, ਥੱਲੇ ਤਾਂ ਨਾ ਚੱਲ ਜਾਣਾ, ਭਾਜੀ ਕਹਿੰਦਾ ਨਹੀਂ ਨਹੀਂ। ਅੱਛਾ ਜੀ ਮਾਸ਼ਾਅੱਲਾ, ਟਮਾਟਰ ਸਬਜ਼ ਮਿਰਚਾਂ ਅਤੇ ਇਹ ਜਿਹੜੀ ਜ਼ਰੂਰਤ ਦੀ ਚੀਜ਼ ਉਹ ਆਪਦਾ ਟੋਕਰੀ 'ਚ ਰੱਖ ਲੈਂਦੀ ਆ, ਅਤੇ ਇਹ ਜਿਹੜੀ ਆ ਬੋਤਲਾਂ ਵਿੱਚ ਰੱਖੀਆਂ, ਇਹ ਬੋਤਲਾਂ ਜਿਹੜੀਆਂ ਹੁਣੇ ਹੁਣੇ ਵਿਕੀਆਂ ਨੇ। ਹਾਂਜੀ, ਤਿੰਨ ਚਾਰ ਬੋਤਲਾਂ ਹੁਣੇ ਵਿਕੀਆਂ ਨੇ, ਅਤੇ ਮਾਸ਼ਾਅੱਲਾ ਦੇ ਕੱਪੜਾ ਪਾ ਕਰਾ ਦੀ ਹੈ। ਇਹ ਅੱਲਾ ਨੇ ਚਾਹਿਆ ਕਿ ਇਨਸ਼ਾਅੱਲਾ ਮੈਂ ਇਹਨਾਂ ਨੂੰ ਸ਼ੀਟ ਲਿਆ ਕੇ ਦਊਂਗੀ ਜਿਹੜੀ ਫਰੀਜ਼ਰ 'ਤੇ ਸ਼ੀਟ ਰੱਖਣਗੇ, ਤਾਂ ਕਿ ਨਾ ਉਹ ਨਹੀਂ ਹੋਏਗਾ। ਅੱਛਾ, ਅੱਛਾ, ਉਹ ਪੱਲੇ ਖਾਨੇ 'ਚ ਬਰਫ਼ ਬਰਫ਼ ਬਣੀ ਪਈ। ਅੱਛਾ, ਅਤੇ ਇਹ ਨਾ ਸ਼ੀਟ ਇਹਦੇ 'ਤੇ ਲਿਆ ਕੇ ਦੇਵਾਂਗੇ ਨਾ, ਫਿਰ ਟੈਨਸ਼ਨ ਨਹੀਂ ਕੋਈ ਹੋਊਗੀ। ਕਿੱਦਾਂ, ਸਹੀ ਨਹੀਂ ਆਪਦਾ? ਅਤੇ ਆਪਦਾ ਤਾਂ ਖੁਸ਼ ਵਾਂ, ਕਿੰਨੀ ਕੁ ਖੁਸ਼ ਵਾਂ। ਲੱਖ ਦੇ ਕਰੋੜ ਵਾਰ ਆਸਾਨ ਆ। ਸਹੀ ਗੱਲ, ਮੇਰੀ ਭੈਣ ਇਹੀ ਦਿਲ ਦੀ ਦਬਾਅ ਆ, ਕਹਿੰਦੀ ਅੱਲਾ ਸੋਹਣਾ ਜਿਵੇਂ ਮੇਰੇ ਨਸੀਬ ਆ ਇਹ ਤਾਂ ਮੇਰੀ ਬੇਟੀਆਂ ਦੇ ਨਸੀਬ ਨਾ ਹੋਣ, ਮੇਰੇ ਨਸੀਬ ਬੇਟੀਆਂ ਦੇ ਬਹੁਤ ਅੱਛੇ ਹੋਣ,
ਕਿ ਮੇਰੀ ਭੈਣ ਹਰ ਵਕਤ ਇਹ ਦੁਆ ਕਰਦੀ ਆ ਅਤੇ ਸੋਚਦੀ ਆ, ਪੰਜੇ ਵਕਤ ਨਮਾਜ਼ ਪੜ੍ਹਦੀ ਆ, ਯਾਸੀਨ ਦੀ ਸੂਰਤ ਪੜ੍ਹਦੀ ਆ, ਕੁਰਾਨ ਪਾਕ ਦੀ ਤਿਲਾਵਤ ਕਰਦੀ ਆ, ਇਹੀ ਦੁਆ ਕਰਦੀ ਆ ਅੱਲਾ ਸੋਹਣੇ ਦੇ ਅੱਗੇ ਹਰ ਵਕਤ, ਕਿ ਅੱਲਾ ਸੋਹਣੇ ਜਿਵੇਂ ਮੇਰੇ ਨਸੀਬ ਆ ਇਸੇ ਤਰ੍ਹਾਂ ਮੇਰੀ ਬੇਟੀਆਂ ਦੇ ਨਸੀਬ ਨਾ ਹੋਣ, ਅਤੇ ਆਪਦਾ ਇੱਦਾਂ ਦੀ ਗੱਲ ਸੋਚਣਾ ਸਾਰਿਆਂ ਦੁਆ ਕਰਨੀ ਆ ਕਿ ਮੇਰੀ ਦੀਦਾ, ਮੈਨੂੰ ਬਹੁਤ ਟੈਨਸ਼ਨ ਆ ਮੇਰੀ ਦੀਦਾ ਫਾਤਮਾ ਦੀ, ਮੇਰੀ ਤਾਂ ਫਾਤਮਾ ਕੁਰਾਨ ਸ਼ਰੀਫ ਪੜ੍ਹਦੀ ਆ ਅਤੇ ਪਿੱਛੋਂ ਭੁੱਲ ਜਾਂਦੀ ਆ, ਅਤੇ ਮੈਨੂੰ ਇਹਦੇ ਵਾਸਤੇ ਬਹੁਤ ਜ਼ਿਆਦਾ ਦੁਆ ਕਰਨੀ ਕਿ ਮੇਰੀ ਧੀ ਕਰਦੇ ਹਨ, ਪਰ ਕੱਲ੍ਹ ਵੀ ਮੇਰੇ ਅੱਗੇ ਰੋਣ ਨਹੀਂ ਲੱਗ ਪਈ, ਸਾਰਿਆਂ ਦੇ ਖੜ੍ਹੇ ਸੀ, ਰੋਣ ਲੱਗ ਪਈ, ਮੈਂ ਕੀ ਕਰਾਂ, ਮੈਂ ਪੜ੍ਹ ਰਹੀ ਹਾਂ, ਫਿਰ ਮੈਨੂੰ ਭੁੱਲ ਜਾਂਦਾ ਵਾ, ਹਾਂਜੀ ਇਹਦੇ ਵਾਸਤੇ ਵੀ ਦੁਆ ਕਰਿਓ, ਇਹ ਲਈ ਇਹਦਾ ਰੇਟ ਥੋੜ੍ਹਾ ਜਿਹਾ ਸਹੀ ਹੋ ਜਾਵੇ, ਇਨਸ਼ਾਅੱਲਾ ਇਨਸ਼ਾਅੱਲਾ ਅੱਲਾ ਕਰਮ ਕਰੇਗਾ। ਅਤੇ ਸਕੂਲ 'ਚ ਤਾਂ ਮਾਸ਼ਾਅੱਲਾ ਠੀਕ ਹੋ ਗਈ ਆ ਕੁਰਾਨ ਸ਼ਰੀਫ, ਅਤੇ ਮੈਨੂੰ ਜ਼ਿਆਦਾ ਟੈਨਸ਼ਨ ਆ ਕਿ ਬਸ ਕੁਰਾਨ ਸ਼ਰੀਫ ਦੂਸਰੀ ਪੜ੍ਹਾਈਆਂ ਦੇ ਹੁੰਦੀਆਂ ਰਹਿੰਦੀਆਂ, ਆਪਣੇ ਦੀਨ ਦੀ ਕੋਈ ਸਮਝ ਆਵੇ ਇਹਨਾਂ ਨੂੰ ਵੀ, ਹਾਂਜੀ ਹਾਂਜੀ ਬਹੁਤ ਟੈਨਸ਼ਨ, ਫਿਰ ਜਿਹੜੇ ਬੱਚੇ ਮਾਸ਼ਾਅੱਲਾ ਕੁਰਾਨ ਸ਼ਰੀਫ ਪੜ੍ਹ ਸਕਣ, ਲੀਜ਼ਾ ਮੇਰੀ ਮਾਸ਼ਾਅੱਲਾ 3-4 ਮਰਤਬਾ ਮੈਂ ਪੜ੍ਹ ਚੁੱਕੀ ਆ ਕੁਰਾਨ ਪਾਕ, ਮੇਰੇ ਬੱਚੇ ਸਾਰੇ ਵਕਤ ਪੜ੍ਹ ਰਹੇ ਨੇ, ਜਿਉਂ ਅਸੀਂ ਉੱਥੇ ਸੀ ਉੱਥੇ ਵੀ ਤੀਵੇਂ ਸਪਾਰੇ ਤੇ ਸੀ, ਇੱਥੇ ਤੇ ਇੱਥੇ ਵੀ ਤੀਵੇਂ ਸਪਾਰੇ ਤੇ, ਸਰ ਮਾਸ਼ਾਅੱਲਾ ਪੜ੍ਹਾਉਂਦੇ ਬਹੁਤ ਸੋਹਣਾ, ਉਹ ਫਿਰ ਨਹੀਂ ਅੱਗੇ ਕਰਦੇ ਕੋਈ, ਕਿੰਨੇ ਇੱਕ ਲੱਖ ਦੀ ਪਰੇਸ਼ਾਨ ਹੋ। ਅੱਛਾ ਅੱਲਾ ਕਰਮ ਕਰੂਗਾ, ਤੁਸੀਂ ਪਰੇਸ਼ਾਨ ਨਾ ਹੋਇਆ ਕਰੋ, ਕਿਉਂ ਜਾਣ ਦੇ ਪਾਪਾ, ਜਿੱਥੇ ਅੱਲਾ ਤਾਲਾ ਇੰਨੀਆਂ ਆਸਾਨੀਆਂ ਕੀਤੀਆਂ, ਜਾਂਦੀ ਸੀ ਸਾਰਾ ਗਿਆ, ਜਾਂ ਮੇਰਾ ਬਿਮਾਰ ਸ਼ਮਾਰ ਰਹਿੰਦਾ ਸੀ, ਜਿਵੇਂ ਦੌਰੇ ਵਗੈਰਾ ਪੈਂਦੇ ਸੀ, ਇਹਦਾ ਮਾਸ਼ਾਅੱਲਾ ਪੜ੍ਹਾਈ ਵਿੱਚ ਜੀਨ ਬਹੁਤ ਬਿਹਤਰੀਨ ਆ, ਸਹੀ ਗੱਲ ਆ, ਅੱਲਾ ਤਾਲਾ ਕਰਮ ਕਰੂਗਾ, ਅੱਲਾ ਤਾਲਾ ਆਸਾਨੀਆਂ ਕਰੂਗਾ, ਟੈਨਸ਼ਨ ਨਾ ਲਿਆ ਕਰੋ, ਅਤੇ ਆਪਦਾ ਭੈਣ ਜਿਹੜਾ ਨਾ ਦੁਕਾਨ ਦੇ ਪਾਪੜ ਖਤਮ ਹੋ ਗਏ ਨੇ, ਅਤੇ ਜੈਨ ਦੇ ਪਾਪਾ ਨੇ ਅੱਜ ਲੈਣ ਜਾਣਾ ਸੀ, ਅੱਜ ਅਸੀਂ ਬਹੁਤ ਜ਼ਰੂਰੀ ਕੰਮ ਗਏ ਸੀਗੇ, ਅਜਾਨ ਮੇਰੀ ਤਰਫ ਦੇਖ, ਅੱਜ ਅਸੀਂ ਕੁੜੀ ਬਣਿਆ, ਅੱਜ ਅਸੀਂ ਬਹੁਤ ਜ਼ਰੂਰੀ ਕੰਮ ਗਏ ਸੀ, ਲੈ ਕੇ ਨਹੀਂ ਆਏ, ਅਤੇ ਇਨਸ਼ਾਅੱਲਾ ਫਿਰ ਕੱਲ੍ਹ ਜਿਹੜਾ ਵਿੱਚ ਰੱਖ ਕੇ ਤਾਲਾ ਲਾ ਦਿੰਦੀ ਆ, ਹਾਂਜੀ ਕੁਝ ਵਿੱਚ ਰੱਖ ਕੇ ਤਾਲਾ ਲਾ ਦਿੰਦੀ ਆ, ਕਿ ਤਾਂ ਕਿ ਇਹ ਦੇਖੋ ਜੀ ਇਹ ਹਲਕੀ ਜਿਹੀ ਦੁਕਾਨ ਬਣਾਈ ਆਪਦਾ ਭੈਣ ਨੇ, ਚਲੋ ਚਲੋ ਇਹ ਹੋ ਜਾਂਦਾ ਵਾ, ਤੇਲ ਸਾਬਣ ਨਹਾਉਣ ਵਾਲਾ, ਬਰਤਨ ਧੋਣ ਵਾਲਾ, ਕੋਈ ਨਮਕ ਸ਼ਮਕ ਹਲਕਾ ਫੁਲਕਾ ਜਿਹੜਾ ਸਮਾਨ ਆ ਉਹ ਵਿੱਚੋਂ ਪੂਰਾ ਹੋ ਜਾਂਦਾ ਮਾਸ਼ਾਅੱਲਾ, ਅਤੇ ਅੱਲਾ ਤਾਲਾ ਮੇਰੀ ਭੈਣ ਨੂੰ ਇਹ ਘਰ ਵੀ ਇਹ ਚੀਜ਼ਾਂ ਵਰਤੀਆਂ ਨਸੀਬ ਕਰੇ, ਅਤੇ ਅੱਲਾ ਤਾਲਾ ਮੇਰੀ ਭੈਣ ਨੂੰ ਬੱਚਿਆਂ ਦੀ ਖੁਸ਼ੀਆਂ ਨਸੀਬ ਕਰੇ, ਆਪਣੇ ਭੈਣ ਭੈਣ ਇਜਾਜ਼ਤ ਚਾਹਵਾਂਗੇ, ਮਿਲਾਂਗੇ ਨੈਕਸਟ ਵੀਡੀਓ 'ਚ, ਅਗਰ ਮੇਰੇ ਭੈਣ ਵੇ ਮੇਰਾ ਵਲੋਗ ਅੱਛਾ ਲੱਗੇ ਪਸੰਦ ਆਵੇ ਲਾਈਕ ਸ਼ੇਅਰ ਜ਼ਰੂਰ ਕਰ ਦੇਣਾ, ਅੱਲਾ ਸੋਹਣੇ ਦੇ ਵਾਲੇ, ਅੱਲਾ ਹਾਫਿਜ਼।